ਔਰਤਾਂ ਨੂੰ ਮੇਕਅਪ ਬਹੁਤ ਹੀ ਪਸੰਦ ਹੁੰਦਾ। ਮੇਕਅਪ ਲਈ ਉਹ ਕਿੰਨੇ ਵੀ ਪੈਸੇ ਖਰਚ ਕਰਨ ਨੂੰ ਹਮੇਸ਼ਾ ਤਿਆਰ ਰਹਿੰਦੀਆਂ ਨੇ। ਪਰ ਸੋਚੋ, ਜੇਕਰ ਇਹੀ ਪ੍ਰੋਡਕਟਸ ਤੁਹਾਨੂੰ ਧੋਖਾ ਦੇ ਦੇਣ ਤਾਂ ਪੈਸੇ ਦੇ ਨਾਲ ਨਾਲ ਤੁਹਾਡਾ ਚਿਹਰਾ ਵੀ ਖਰਾਬ ਹੋ ਸਕਦਾ। ਹੁਣ ਅਸੀਂ ਇਹ ਗੱਲ ਕਿਉਂ ਕਰ ਰਹੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਇਸ ਖਾਸ ਰਿਪੋਰਟ ਦੇ ਵਿੱਚ। ਤੁਹਾਡੀ ਸਕਰੀਨ ਤੇ ਤੁਸੀਂ ਜੋ ਤਸਵੀਰਾਂ ਵੇਖ ਰਹੇ ਹੋ ਇਹਨੇ ਜਲੰਧਰ ਦੇ ਮੀਨਾ ਬਾਜ਼ਾਰ ਦੀਆਂ, ਜਿੱਥੇ ਤੁਹਾਡੇ ਚਿਹਰੇ ਦੀ ਸੁੰਦਰਤਾ ਸੰਬੰਧੀ ਸਾਰਾ ਸਮਾਨ ਮਿਲਦਾ। ਪਰ ਰੁਕੋ ਜਨਾਬ, ਚਿਹਰੇ ਨੂੰ ਸੁੰਦਰ ਬਣਾਉਣ ਦਾ ਸਮਾਨ ਤਾਂ ਮਿਲਦਾ ਹੈ, ਪਰ ਉਹ ਵੀ ਨਕਲੀ। ਬੁੱਧਵਾਰ ਨੂੰ ਲੈਕਮੇ ਬ੍ਰਾਂਡ ਦੀ ਕੰਪਨੀ ਨੇ ਪੁਲਿਸ ਨਾਲ ਮਿਲ ਕੇ ਅਰੋੜਾ ਕੋਸਮੈਟਿਕ ਤੇ ਰੇਡ ਮਾਰੀ ਤਾਂ ਸਭ ਦੇ ਹੋਸ਼ ਉੱਡ ਗਏ। ਛਾਪੇਮਾਰੀ ਦੌਰਾਨ ਪੁਲਿਸ ਹੱਥ ਲੱਗੇ 450 ਤਰ੍ਹਾਂ ਦੇ ਲੈਕਮੇ ਤੇ ਲੋਰੀਅਲ ਬ੍ਰਾਂਡ ਦੇ ਨਕਲੀ ਪ੍ਰੋਡਕਟ। ਤੁਸੀਂ ਵੀ ਸੁਣੋ ਪੁਲਿਸ ਦਾ ਇਸ ਸੰਬੰਧੀ ਕੀ ਕਹਿਣਾ ਸੀ। ਅੱਜ ਮੀਨਾ ਬਾਜ਼ਾਰ ਦੇ ਵਿੱਚ ਸਾਡੇ ਇੱਕ ਨਾਇੰਤਰਾ ਡੈਮੀ ਮੈਮ ਹੈਗੇ ਆ, ਸਿਟੀ ਪਾਵਰਫੁਲ ਡਿਟੈਕਟਿਵ ਸਰਵਿਸ ਲਿਮਿਟਿਡ ਦੇ ਮੈਂਬਰਸ ਹੈਗੇ ਆ ਬੈਂਗਲੋਰ ਤੋਂ। ਉਹਨਾਂ ਨੇ ਪੁਲਿਸ ਪਾਰਟੀ ਨਾਲ ਰੇਡ ਕੀਤੀ ਸੀਗੀ। ਉਹਨਾਂ ਨੇ ਜਦੋਂ ਰੇਡ ਕੀਤੀ ਤਾਂ ਦੋ ਜਿਹੜੀਆਂ ਸ਼ੋਪਸ ਹੈਗੀਆਂ ਉਹਦੇ ਵਿੱਚ ਉਹਨਾਂ ਨੂੰ ਕਾਉਂਟਰਫੇਟ ਮਟੀਰੀਅਲ ਮਿਲਿਆ। ਖਾਸ ਕਰਕੇ ਦੋਨਾਂ ਸ਼ੋਪਸ ਦੇ ਵਿੱਚ ਕੋਸਮੈਟਿਕਸ ਹੀ ਸੀਗੀਆਂ। ਨਾਇਗਰਾ ਵਹਿਮੀ ਜੋ ਕਿ ਬੈਂਗਲੋਰ ਤੋਂ ਸਟੀ ਪਾਵਰ ਦੀ ਮੈਂਬਰ ਹੈ, ਉਹਨਾਂ ਨੇ ਸਾਰਾ ਮਾਲ ਪੁਲਿਸ ਹਵਾਲੇ ਕਰ ਦਿੱਤਾ ਤੇ ਅੱਗੇ ਦੀ ਕਾਰਵਾਈ ਵੀ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਕੀਤੀ ਜਾਵੇਗੀ। ਸੋ ਇੱਕ ਗੱਲ ਤਾਂ ਸਾਫ਼ ਹੈ ਕਿ ਮਾਰਕੀਟ ਵਿੱਚ ਧੜੱਲੇ ਨਾਲ ਨਕਲੀ ਪ੍ਰੋਡਕਟਸ ਵਿਕ ਰਹੇ ਨੇ ਜੋ ਕਿ ਸਾਡੀ ਸਕਿਨ ਤੇ ਸਿਹਤ ਲਈ ਖਰਾਬ ਨੇ। ਜਲੰਧਰ ਤੋਂ ਪਰਮਜੀਤ ਸਿੰਘ ਰੰਗਪੁਰੀ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।